ਮੰਟਰਸ ਦੇ ਦਫਤਰ ਪਹੁੰਚੇ ਵਿਜਲੀ ਮੰਤਰੀ ਹਰਬਜਨ ਸਿੰਘ ਏਟੀਓ ਨੇ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰਦਨ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਦੇ ਉਪਰੰਤ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਇਸ ਮੌਕੇ ਵਿਜਲੀ ਮੰਤਰੀ ਹਰਬਜਨ ਸਿੰਘ ਏਟੀਓ ਨੇ ਕਿਹਾ ਕਿ ਪੰਜਾਬ ਦੇ ਅੰਦਰ ਹੜਾ ਕਰਕੇ ਕਰੀਬ 600 600 ਜਗਾਤੇ ਬਿਜਲੀ ਪ੍ਰਭਾਵਿਤ ਹੋਈ ਸੀ ਜਿੱਥੇ ਕਿ ਸਾਰਿਆਂ ਦੀ ਜਗਾਤੇ ਬਿਜਲੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਗਭਗ 16 ਕਰੋੜ ਦਾ ਨੁਕਸਾਨ ਪੀਐਸਬੀਸੀਐਲ ਤੇ ਪੀਐਸਟੀਸੀਐਲ ਨੂੰ ਹੋਇਆ ਹੈ ਤੇ ਕਈ ਜਗ੍ਹਾ ਤੇ ਨੁਕਸਾਨਾ ਹੋਵੇ ਇਸ ਦੇ ਲਈ ਬਿਜਲੀ ਰੋਕਣੀ ਵੀ ਪਈ ਐ ਸੋ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੇ ਨਾਲ ਐ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਸਾਡੇ ਪੰਜਾਬ ਦੇ ਵਿੱਚ ਹੜਾਂ ਕਾਰਨ ਕੋਈ 600 ਦੇ ਕਰੀਬ ਜਗ੍ਹਾ ਜੜੀ ਸੀਗੀ ਜਾਂ ਕੋਈ ਗ੍ਰਿਡ ਹੋਣਾ ਜਿੱਥੇ ਬਿਜਲੀ ਜੜੀ ਆ ਉਹ ਪ੍ਰਭਾਵਿਤ ਹੋਈ ਸੀਗੀ ਔਰ ਅਸੀਂ ਕੱਲ ਤੱਕ ਅਸੀਂ ਪਰਸੋਂ ਲਾਸਟ ਅਸੀਂ ਸਾਰੇ ਬਿਜਲੀ ਜੜੀ ਆ ਸਪਲਾਈ ਜੜੀ ਆ ਉਹ ਦੁਬਾਰਾ ਰਿਸਟੋਰ ਕਰ ਦਿੱਤੀ ਆ ਅ ਲਗਭਗ 16 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਹੈ ਇਹਦੇ ਵਿੱਚ ਪੀਐਸਪੀਸੀਐਲ ਨੂੰ ਤੇ ਪੀਐਸਟੀਸੀਐਲ ਨੂੰ ਹੋਇਆ ਅਸੀਂ ਬਹੁਤ ਜਲਦ ਕੋਸ਼ਿਸ਼ ਕੀਤੀ ਕਿ ਜਿੱਥੇ ਕਿਤੇ ਵੀ ਜਿਆਦਾ ਨੁਕਸਾਨ ਆ ਜਾਂ ਜ ਬਿਜਲੀ ਸਪਲਾਈ ਦੀ ਜਲਦੀ ਜ਼ਰੂਰਤ ਆ ਉਥੇ ਅਸੀਂ ਆਪਣੇ ਐਮਰਜੈਂਸੀ ਰੈਸਟੋਰੇਸ਼ਨ ਸਿਸਟਮ ਵੀ ਜਿਹੜੇ ਸੀਗੇ ਉਹ ਲਗਾ ਦਿੱਤੇ ਕਈਆਂ ਥਾਵਾਂ ਤੇ ਕੁਝ ਮਜਬੂਰੀ ਵਸ ਕਿਉਂਕਿ ਕੋਈ ਜਿਆਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਸਾਨੂੰ ਜਬਰੀ ਵੀ ਬਿਜਲੀ ਜਿਹੜੀ ਆ ਸਪਲਾਈ ਰੋਕਣੀ ਪਈ ਸੀ ਕੀ ਪਰ ਅਸੀਂ ਹੁਣ ਤੱਕ ਅਸੀਂ ਸਾਰੇ ਜਗ੍ਹਾ ਤੇ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਰিস্টੋਰ ਕਰ ਚੁੱਕੇ ਹਾਂ ਜਿੰਨਾ ਵੀ ਨੁਕਸਾਨ ਹੋਇਆ ਹੈ ਚਾਹੇ ਉਹ ਐਗਰੀਕਲਚਰ ਸੈਕਟਰ ਦੇ ਵਿੱਚ ਆ ਉਹਦੀ ਵੀ ਗਰਦਾਫਰੀ ਦੇ ਸ਼ੁਰੂ ਕਰ ਦਿੱਤੀ ਗਈ ਆ ਨਾਲ ਦੇ ਨਾਲ ਮੈਂ ਜੋ ਆਪ ਦੇ ਹਲਕੇ ਦੇ ਵਿੱਚ ਜਾਂ ਬਾਕੀ ਹਲਕਿਆਂ ਦੇ ਵਿੱਚ ਵੀ ਜਾ ਕੇ ਦੇਖਿਆ ਕਿ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰ ਬਹੁਤ ਡੈਮੇਜ ਹੋਏ ਨੇ ਔਰ ਖਾਸ ਤੌਰ ਤੇ ਹੁਣ ਵੀ ਹੋ ਰਹੇ ਨੇ ਜਦੋਂ بارش ਹੋ ਕੇ ਹਟਦੀ ਆ ਉਸ ਤੋਂ ਬਾਅਦ ਮਕਾਨ ਜਿਹੜੇ ਕੱਚੇ ਨੇ ਬਾਲਿਆਂ ਵਾਲੇ ਨੇ ਛੱਤਾਂ ਉਹ ਡਿੱਗ ਜਾਂਦੀਆਂ ਨੇ ਸੋ ਕਈ ਥਾਵਾਂ ਤੇ ਤੇ ਇਹੋ ਜਿਹੇ ਹਾਲਾਤ ਬਣੇ ਕਿ ਕਾਫੀ ਲੋਕਾਂ ਨੇ ਛੋਟੇ-ਛੋਟੇ ਕਾਨੇ ਵਗੈਰਾ ਪਾ ਕੇ ਹੀ ਉੱਤੇ ਆਪਣਾ ਅੱਤਰ ਪਹਿਲਾਂ ਪਾ ਕੇ ਗੁਜ਼ਾਰਾ ਕੀਤਾ ਹੋਇਆ ਸੀਗਾ ਉਹਦੀ ਵੀ ਅਸੀਂ ਬਕਾਇਦਾ ਰਿਪੋਰਟ ਜਿਹੜੀ ਆ ਉਹ ਮੰਗ ਲਈ ਆ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਧ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲੇ ਦਿਨ ਤੋਂ ਹੀ ਮਤਲਬ ਹਦਾਇਤਾਂ ਸੀਗੀਆਂ ਕਿ ਅਸੀਂ ਸਾਰੇ ਆਪ ਦੇ ਆਪ ਦੇ ਫੀਲਡ ਦੇ ਵਿੱਚ ਰਹੀਏ ਜਿੰਨੇ ਵੀ ਜ਼िला ਪ੍ਰਸ਼ਾਸਨ ਸੀਗਾ ਉਹ ਵੀ ਲਗਭਗ ਫੀਲਡ ਦੇ ਵਿੱਚ ਹੀ ਰਿਹਾ ਸਾਡੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਸਾਰੇ ਜਿਹੜਾ ਫੀਲਡ ਦੇ ਵਿੱਚ ਸੀਗੇ ਸੋ ਹਰ ਜਗ੍ਹਾ ਤੇ ਜਾ ਕੇ ਜਿੱਥੇ ਵੀ ਕੋਈ ਰਾਹਤ ਕਾਰਜ ਸ਼ੁਰੂ ਕੀਤੇ ਜਾ ਸਕਦੇ ਸੀਗੇ ਉਹ ਰਾਹਤ ਕਾਰਜ ਸ਼ੁਰੂ ਕੀਤੇ ਗਏ ਔਰ ਹੁਣ ਕਿਉਂਕਿ ਖਤਰਾ ਥੋੜਾ ਟਲਿਆ ਇਸ ਤੋਂ ਬਾਅਦ ਅਸੀਂ ਸਾਰਾ ਹੀ ਸਰਵੇ ਜਿਹੜਾ ਡਿਟੇਲਡ ਰਿਪੋਰਟਸ ਜਣੀਆਂ ਨੇ ਉਹ ਕਲੈਕਟ ਕੀਤੀਆਂ ਜਾ ਰਹੀਆਂ ਨੇ ਜਿਹੜੀ ਕੁਦਰਤੀ ਆਫਤ ਹੁੰਦੀ ਹੈ ਨਾ ਇਹ ਇਹਦੇ ਤੇ ਜ਼ਿਆਦਾਤਰ ਕਸੂਰ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਕੋਈ ਕਈ ਵਾਰੀ ਹਾੜ ਆ ਜਾਣੇ ਪੋਚਾਹ ਆ ਜਾਣਾ ਕੁਦਰਤੀ ਆਫਤ ਦੇ ਵਿੱਚ ਜਿਹੜੀ ਆ ਨਾ ਉਹ ਫਿਰ ਸਾਨੂੰ ਸਾਰੇ ਕਲੈਕਟਿਵਲੀ ਜਿਹੜਾ ਉਹ ਕੰਮ ਕਰਨਾ ਪੈਂਦਾ ਹਾਂ ਜਿੱਥੋਂ ਤੱਕ ਕੁਝ ਥਾਵਾਂ ਤੇ ਖੁਲਾਈ ਵਗੈਰਾ ਨਹੀਂ ਹੋਈ ਉਹ ਅਸੀਂ ਇਨ ਫਿਊਚਰ ਜ਼ਰੂਰ ਉਹਦਾ ਧਿਆਨ ਰੱਖਾਂਗੇ ਕਿ ਪ੍ਰੋਪਰ ਜਿਹੜੀਆਂ ਡਰੇਨਸ ਨੇ ਉਹਨਾਂ ਦੀ ਸਮੇਂ-ਸਮੇਂ ਤੇ ਸਫਾਈ ਜਿਹੜੀ ਆ ਉਹੰਦੀ ਰਵੇ ਤਾਂ ਕਿ ਇਹੋ ਜੀ ਕੁਦਰਤੀ ਆਫਤ ਵੇਲੇ ਜਿਹੜੇ ਜਿਹੜੀਆਂ ਚੀਜ਼ਾਂ ਅਸੀਂ ਆਪ ਰੋਕ ਸਕਦੇ ਹਾਂ ਕਮ ਸੇ ਕਮ ਉਹਨਾਂ ਨੂੰ ਉਹ ਨੁਕਸਾਨ ਨੂੰ ਬਚਾਇਆ ਜਾ ਸਕਦਾ ਹੈ ਉੱਤੇ ਜ਼ਰੂਰ ਧਿਆਨ ਦਿੱਤਾ ਜਾਊਗਾ ਦੇਖੋ ਰੈਵਨਿਊ ਜਨਰੇਟ ਕਰਨਾ ਜਾਂ ਰੈਵਨਿਊ ਦੀ ਲੋੜ ਜਿਹੜੀ ਆ ਮੈਂ ਸਮਝਦਾ ਇਹਦੇ ਤੇ ਰੈਵਨਿਊ ਜਿੰਨਾ ਮਰਜ਼ੀ ਖਰਚੋ ਜਿਉ ਉਹ ਨਹੀਂ ਆ ਕਿਉਂਕਿ ਬੇਸਿਕ ਲੋੜ ਜਿਹੜੀ ਆ ਉਹ ਇਸ ਵੇਲੇ ਲੋਕਾਂ ਨੂੰ ਬਚਾਉਂਦੀ ਸੀਗੀ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਉਣਾ ਉਹਨਾਂ ਨੂੰ ਉਹਨਾਂ ਦੇ ਕਿਸੇ ਵੱਡਾ ਕੋਈ ਡੈਮੇਜ ਨਾ ਹੋ ਪਾਵੇ ਉਹਦੇ ਤੋਂ ਬਚਾਉਣਾ ਜਿਹੜਾ ਜਿਆਦਾ ਜ਼ਰੂਰੀ ਹੁੰਦਾ ਬਾਕੀ ਰੈਵਨਿਊ ਜਾਂ ਖਰਚਾ ਜਿਹੜਾ ਇਹ ਸੈਕੰਡਰੀ ਆ ਜਾਂਦਾ ਕਿਉਂਕਿ ਇਹੋ ਜੀ ਕੁਦਰਤੀ ਆਫਤ ਦੇ ਉੱਤੇ ਖਰਚਾ ਹੁੰਦਾ ਵੀ ਆ ਔਰ ਖਰਚੇ ਕਰਨੇ ਵੀ ਪੈਂਦੇ ਨੇ ਔਰ ਸਰਕਾਰਾਂ ਨੂੰ ਖਰਚੇ ਕਰਨੇ ਵੀ ਚਾਹੀਦੇ ਨੇ ਕਿਉਂਕਿ ਡੈਮੋਕ੍ਰੇਸੀ ਤੇ ਉਹ ਚਾਹੁੰਦੀ ਆ ਕਿ ਜਿੱਥੇ ਲੋਕਾਂ ਦਾ ਲੋਕਾਂ ਦੀ ਵੈਲਫੇਅਰ ਹੁੰਦੀ ਹੋਵੇ ਸੋ ਅਸੀਂ ਅਸੀਂ ਕੋਸ਼ਿਸ਼ ਕੀਤੀ ਆ ਕਿ ਆ ਮਤਲਬ ਗ੍ਰੇਟੈਸਟ ਹੈਪੀਨਸ ਆਫ ਦਾ ਗ੍ਰੇਟੈਸਟ ਨੰਬਰ ਕਿ ਜਿੰਨੇ ਵੀ ਮੈਕਸਿਮਮ ਲੋਕ ਜਿਹੜੇ ਨੇ ਉਹਨਾਂ ਨੂੰ ਅਸੀਂ ਸਹੂਲਤ ਦਈਏ ਉਹਨਾਂ ਨੂੰ ਅਸੀਂ ਸੁਰੱਖਿਅਤ ਥਾਵਾਂ ਤੇ ਵੀ ਪਹੁੰਚਾਈਏ ਉਹਨਾਂ ਦਾ ਜੋ ਨੁਕਸਾਨ ਜੋ ਡੈਮੇਜ ਹੋਇਆ ਉਹਦੀ ਪਰਪਾਈ ਵੀ ਕਰੀਏ